ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਤੋਂ ਕੱਲ 3 ਅਕਤੂਬਰ 2021 ਨੂੰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦਾ ਲਖੀਮਪੁਰ ਖੀਰੀ ਵਿੱਚ ਕਤਲ ਕੀਤਾ ਸੀ ਥਾਰ ਗੱਡੀ ਚਾੜ ਕੇ ਜਿਹੜੇ ਉਹਦੇ ਮੁੱਖ ਦੋਸ਼ੀ ਆ ਅਜੇ ਮਿਸ਼ਰਾ ਟੈਨੀ ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ ਉਹ ਵੀ ਹਲੇ ਬਾਹਰ ਕੋ ਮਰੇ ਉਹਨਾਂ ਦਾ ਸੁਪੁੱਤਰ ਅਸ਼ੇਸ਼ ਮਿਸ਼ਰਾ ਉਹ ਵੀ ਪਰੋਲ ਤੇ ਬਾਹਰ ਆ ਉਹਨਾਂ ਨੂੰ ਉਸ ਕਾਂਡ ਦਾ ਇਨਸਾਫ ਲੈਣ ਲਈ ਅਰੋਣਾ ਨੂੰ ਜੇਲ੍ਹ ਚ ਸਟਾਉਣ ਲਈ ਕੱਲ ਪੂਰੇ ਦੇਸ਼ ਵਿੱਚ ਸਾਰੀਆਂ ਜਥੇਬੰਦੀਆਂ ਕਾਲਾ ਦਿਹਾੜਾ ਤਿਆਰਤੀ ਫੂਕ ਮਜਾਰੇ ਕਰ ਰਹੀਆਂ ਨੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਪੰਜਾਬ ਪਧਰੀ ਅਰਥੀ ਫੂਕ ਮਜਾਰੇ ਕਰੂਗੀ ਇਹਦੇ ਨਾਲ ਕਿਸਾਨਾਂ ਮਜ਼ੂਰਾਂ ਨੂੰ ਸੱਦਾ ਦੇਊਗੀ ਵੀ 23 24 ਨੂੰ ਕਿਸਾਨ ਮਜ਼ਦੂਰ ਦੁਸ਼ਹਿਰਾ ਮਨਾਉਣਾ ਵਾ ਬਦੀ ਦਾ ਪ੍ਰਤੀਕ ਕਾਰਪੋਰੇਟ ਘਰਾਣੇ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨੀਆਂ ਇਹਦੇ ਨਾਲ ਜਿਹੜਾ 1 ਅਕਤੂਬਰ ਤੋਂ ਖਰੀਦ ਸ਼ੁਰੂ ਹੋਈ ਆ ਭਾਵੇਂ ਕਿਸੇ ਜੇ ਮੰਡੀ ਚ ਫਸਲ ਆਈ ਨਹੀਂ ਸਰਕਾਰੀ ਖਰੀਦ ਵਾਲੀ ਪਰ ਜਿਹੜੀਆਂ ਕੇਂਦਰ ਸਰਕਾਰ ਮੰਡੀ ਦੇ ਉੱਤੇ ਸ਼ਰਤਾਂ ਟਾਈਟ ਕਰ ਰਿਹਾ ਉਹ ਸਰਲ ਕੀਤੀਆਂ ਜਾਂ ਨਹੀਂ ਤੇ ਅੰਦੋਲਨ ਇਹਦੇ ਤੇ ਵੀ ਸੰਭਵ ਆ ਅਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਝੋਨੇ ਦੀ ਖਰੀਦ ਵਿੱਚ ਸਮੱਸਿਆ ਨਾ ਆਵੇ ਧੰਨਵਾਦ